ਵੱਡੀ ਸਕਰੀਨ ਤੇ ਦੇਖਣਾ ਬਹੁਤ ਵੱਡੀ ਗੱਲ ਹੈ ਮੇਰੇ ਲਈ, ਬਹੁਤ ਵਧੀਆ ਲੱਗਿਆ। ਬੜਾ ਲੋਕ ਟ੍ਰੋਲ ਕਰਦੇ ਨੇ ਪਰ ਅੱਜ ਉਹਨਾਂ ਨੂੰ ਮੈਨੂੰ ਲੱਗਦਾ ਕਿ ਜਵਾਬ ਜ਼ਰੂਰ ਮਿਲ ਗਿਆ। ਚਲੋ ਕੋਈ ਗੱਲ ਨਹੀਂ, ਵੱਡੇ ਨੇ ਜੀ, ਸਤਿਕਾਰਯੋਗ ਨੇ ਫਿਰ ਵੀ ਆਪਾਂ ਨੂੰ। ਕਹਿੰਦੇ ਰਾਜ ਕਰਨਾ ਰਾਜ, ਉਹ ਗੱਲ ਹੁਣ ਤੁਹਾਡੇ ਤੇ ਵੀ ਇੰਪਲੀਮੈਂਟ ਹੁੰਦੀ ਹੈ। ਹਾਂਜੀ ਹਾਂਜੀ, ਉਹ ਬਾਕੀ ਮਹਾਰਾਜ ਕਰਾਉਣ ਵਾਲਾ ਰਾਜ ਜੀ, ਆਪਾਂ ਤਾਂ ਕੌਣ ਹੁੰਦੇ ਹਾਂ ਜੀ। ਪਰਿਵਾਰ ਨੂੰ ਲੱਗਿਆ ਕਿ ਸਾਡੇ ਚੰਨੀ ਨੂੰ ਹੁਣ ਫਿਲਮ ਮਿਲ ਗਈ ਹੈ, ਤੇ ਫਿਰ ਉਦੋਂ ਕੀ ਰਿਐਕਸ਼ਨ ਸੀ ਪਰਿਵਾਰ ਦਾ? ਉਹ ਬਸ ਖੁਸ਼ੀ ਸੀ ਇੱਕ ਚੀਜ਼ ਦੀ, ਵੀ ਜੋ ਇਹ ਕਰਨਾ ਚਾਹੁੰਦਾ ਸੀਗਾ, ਜੋ ਉਹ ਚੀਜ਼ ਮਿਲ ਰਹੀ ਹੈ ਇਹਨੂੰ, ਉਹ ਚੀਜ਼। ਹਾਂਜੀ, ਜੋ ਚੀਜ਼ ਲੱਤਾਂ ਖਿੱਚਦੇ ਨੇ ਜਾਂ ਇਹ ਚੀਜ਼ ਨੂੰ ਗਲਤ ਕਰਦੇ ਨੇ, ਉਹ ਇੰਨਾ ਬੰਦਾ ਹੋਰ ਉੱਤੇ ਨੂੰ ਜਾਂਦਾ ਜੀ, ਲੈਂਗ ਸੰਗ ਦੇ ਤੀਰੰਗ ਤਾਂ ਨੂੰ ਜਾਂਦਾ ਜੀ ਉਹ ਚੀਜ਼। ਚੰਨੀ ਕਲਾਕਾਰ ਸਾਡੇ ਨਾਲ ਮੌਜੂਦ ਨੇ, ਜੇ ਜੱਟ ਵਿਗੜ ਗਿਆ 'ਚ ਬੜਾ ਸੋਹਣਾ ਇਹਨਾਂ ਦਾ ਕਿਰਦਾਰ ਹੈ। ਚੰਨੀ ਵੀਰੇ, ਕੀ ਹਾਲ ਚਾਲ ਨੇ? ਫਿਲਮ ਦੇਖ ਕੇ ਕਿਵੇਂ ਲੱਗਿਆ? ਬਹੁਤ ਵਧੀਆ ਲੱਗਿਆ ਜੀ, ਵੱਡੀ ਸਕਰੀਨ 'ਤੇ ਦੇਖਣਾ ਬਹੁਤ ਵੱਡੀ ਗੱਲ ਹੈ ਮੇਰੇ ਲਈ, ਬਹੁਤ ਵਧੀਆ ਲੱਗਿਆ ਜੀ। ਜਦੋਂ ਆਪਣੇ ਆਪ ਨੂੰ ਵੱਡੀ ਸਕਰੀਨ 'ਤੇ ਦੇਖ ਰਹੇ ਸੀ, ਦਿਮਾਗ 'ਚ ਕੀ ਚੱਲ ਰਿਹਾ ਸੀ ਉਸ ਵਕਤ? ਬਸ ਦੂਜਿਆਂ ਨੂੰ ਦੇਖਦੇ ਜੀ, ਓਬਵੀਅਸਲੀ ਅੱਜ ਆਪਣੇ ਆਪ ਨੂੰ ਦੇਖ ਰਹੇ ਹਾਂ ਤਾਂ ਬਹੁਤ ਵੱਡੀ ਖੁਸ਼ੀ ਹੋਈ ਜੀ ਆਪਾਂ ਨੂੰ। ਹਾਂਜੀ ਚੰਨੀ ਵੀਰੇ, ਅੱਜ ਮੈਂ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ ਤੇ ਬੜਾ ਲੋਕ ਟ੍ਰੋਲ ਕਰਦੇ ਨੇ ਪਰ ਅੱਜ ਉਹਨਾਂ ਨੂੰ ਮੈਨੂੰ ਲੱਗਦਾ ਕਿ ਜਵਾਬ ਜ਼ਰੂਰ ਮਿਲ ਗਿਆ। ਚਲੋ ਕੋਈ ਗੱਲ ਨਹੀਂ, ਵੱਡੇ ਨੇ ਜੀ, ਸਤਿਕਾਰਯੋਗ ਨੇ ਫਿਰ ਵੀ ਆਪਾਂ ਨੂੰ ਜੀ, ਚੰਗਾ ਲੱਗ ਰਿਹਾ ਜੀ ਜੋ ਗੱਲ ਦੀ। ਹਾਂਜੀ, ਤੇ ਚੰਨੀ ਵੀਰੇ, ਜਦੋਂ ਇਹ ਫਿਲਮ ਤੁਹਾਡੇ ਕੋਲ ਕਿਵੇਂ ਪਹੁੰਚਦੀ ਹੈ, ਸਾਨੂੰ ਉਹਦੇ ਬਾਰੇ ਦੱਸੋ। ਇਹ ਫਿਲਮ ਮੇਰੇ ਕੋਲ ਵੀਡੀਓ ਦੇ ਰਿਗਾਰਡਿੰਗ ਹੀ ਪਹੁੰਚੀ ਆ, ਜੋ ਮੈਂ ਵੀਡੀਓ ਦੇ ਵਿੱਚ ਐਕਟ ਕਰਦਾ ਸੀ ਉਹਦੇ ਰਿਗਾਰਡਿੰਗ ਹੀ ਪਹੁੰਚੀ ਆ। ਉਸ ਆਡੀਸ਼ਨ ਵਗੈਰਾ ਹੋਏ ਉੱਦਾਂ, ਫਿਰ ਸਿਲੈਕਸ਼ਨ ਹੋਈ ਮੈਨੂੰ। ਮੈਨੂੰ ਕਿਹਾ, ਮਤਲਬ ਸਭ ਤੋਂ ਵੱਡੀ ਗੱਲ ਜਦੋਂ ਮੇਰਾ ਆਡੀਸ਼ਨ ਹੋਇਆ, ਇਦੂ ਬਾਅਦ 'ਚ ਪਤਾ ਲੱਗਿਆ ਮੇਰੀ ਫਿਲਮ ਆਹ ਬਾਤ ਆਹ ਕਿਰਦਾਰ ਆ ਮੇਰਾ। ਹਾਂਜੀ, ਅਤੇ ਕਹਿੰਦੇ ਰਾਜ ਕਰਨਾ ਰਾਜ, ਉਹ ਗੱਲ ਹੁਣ ਤੁਹਾਡੇ 'ਤੇ ਵੀ ਇੰਪਲੀਮੈਂਟ ਹੁੰਦੀ ਹੈ। ਹਾਂਜੀ ਹਾਂਜੀ, ਉਹ ਬਾਕੀ ਮਹਾਰਾਜ ਕਰਾਉਣ ਵਾਲਾ ਰਾਜ ਜੀ, ਆਪਾਂ ਤਾਂ ਕੌਣ ਹੁੰਦੇ ਹਾਂ ਜੀ। ਪਰਮੇਸ਼ ਵਰਮਾ ਦਾ ਇੱਕ ਗੀਤ ਆ, ਆਮ ਜਿਹੇ ਬੰਦੇ ਵੀ ਨੇ ਖਾਸ ਬਣਦੇ, ਹੁਣ ਤੁਸੀਂ ਖਾਸ ਬਣ ਗਏ ਹੋ। ਨਹੀਂ ਨਹੀਂ, ਮਹਾਰਾਜ ਖਾਸ ਬਣਾਉਣ ਵਾਲਾ ਜੀ, ਅਸੀਂ ਤਾਂ ਕੋਸ਼ਿਸ਼ ਕੀਤੀ ਨਿਮਾਣੀ ਜੀ, ਨਾ ਦੇਣਾ ਦੇਣਾ ਨਾ ਦੇਣਾ ਮਹਾਰਾਜ ਦੇ ਹੱਥ ਆ ਜੀ, ਖਾਸ ਬਣਾਂਗੇ ਜੀ। ਦੇਖੋ, ਸੋਸ਼ਲ ਮੀਡੀਆ ਦਾ ਕਿੰਨਾ ਕੁ ਰੋਲ ਮੰਨਦੇ ਹੋ? ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਸਾਰੀ ਹੋਰ ਚੀਜ਼ਾਂ ਵੀ ਚੱਲਦੀਆਂ ਨੇ, ਪਰ ਉਹੀ ਸੋਸ਼ਲ ਮੀਡੀਆ ਹੈ ਜਿਸ ਨੇ ਅੱਜ ਤੁਹਾਨੂੰ ਇੱਕ ਫਿਲਮ ਵੀ ਦਵਾਈ ਹੈ ਅਤੇ ਅੱਜ ਤੁਸੀਂ ਵੱਡੀ ਸਕਰੀਨ ਦੇ ਉੱਤੇ ਹੋ। ਹਾਂਜੀ ਹਾਂਜੀ, ਸੋਸ਼ਲ ਮੀਡੀਆ ਦਾ ਸਹੀ ਢੰਗ ਨਾਲ ਜੇ ਉਹਦਾ ਇਸਤੇਮਾਲ ਕੀਤਾ ਜਾਵੇ ਤਾਂ ਬਹੁਤ ਕੁਛ ਹੋ ਸਕਦਾ ਜੀ ਉਹ ਤਾਂ। ਜਦੋਂ ਘਰ ਦੇ ਦੇਖ ਰਹੇ ਸੀਗੇ, ਜਦੋਂ ਮਾਤਾ ਤੁਹਾਨੂੰ ਇਸ ਫਿਲਮ 'ਤੇ, ਮਾਤਾ ਆਈ ਹੈ ਜੀ ਤੁਹਾਡੇ ਨਾਲ? ਮਾਤਾ ਨਹੀਂ ਆਏ ਮੇਰੇ ਜੀ। ਅਤੇ ਕਿੰਨੀ ਐਕਸਾਈਟਮੈਂਟ ਹੈ ਜਦੋਂ ਮਾਤਾ ਦੇਖੂਗੀ, ਜਾਂ ਉਸ ਚੀਜ਼ ਨੂੰ ਲੈ ਕੇ ਕਿਵੇਂ ਸੋਚਦੇ ਹੋ ਕਿ ਅੱਜ ਪੂਰੇ ਮਾਂ ਬਾਪ ਦਾ ਪੂਰਾ ਨਾਮ ਰੋਸ਼ਨ ਕੀਤਾ ਤੁਸੀਂ? ਹਾਂਜੀ ਹਾਂਜੀ, ਉਹ ਅੱਜ ਆਉਣਾ ਚਾਹੁੰਦੇ ਸੀ, ਥੋੜ੍ਹਾ ਜਿਹਾ ਐਕਚੁਅਲੀ ਉਹ ਕਹਿੰਦੇ ਸੀਗੇ ਫੈਮਿਲੀ ਦੇ ਨਾਲ ਹੀ ਜਾਵਾਂਗੇ, ਤਾਂ ਕਰਕੇ ਜੀ ਉਹ ਜਦੋਂ ਪਰਿਵਾਰ ਨੂੰ ਲੱਗਿਆ ਕਿ ਸਾਡੇ ਚੰਨੀ ਨੂੰ ਹੁਣ ਫਿਲਮ ਮਿਲ ਗਈ ਹੈ, ਅਤੇ ਫਿਰ ਉਦੋਂ ਕੀ ਰਿਐਕਸ਼ਨ ਸੀ ਪਰਿਵਾਰ ਦਾ? ਉਹ ਬਸ ਖੁਸ਼ੀ ਸੀ ਇੱਕ ਚੀਜ਼ ਦੀ, ਵੀ ਜੋ ਇਹ ਕਰਨਾ ਚਾਹੁੰਦਾ ਸੀਗਾ, ਜੋ ਉਹ ਚੀਜ਼ ਮਿਲ ਰਹੀ ਹੈ ਇਹਨੂੰ, ਉਹ ਚੀਜ਼। ਹਾਂਜੀ, ਅਤੇ ਹੁਣ ਹੁਣ ਅੱਗੇ ਕੀ ਕਰਨਾ ਚਾਹੁੰਦੇ ਹੋ ਤੁਸੀਂ, ਅੱਗੇ ਕੀ ਸੋਚਿਆ? ਅੱਗੇ ਆਡੀਸ਼ਨ ਆਏ ਨੇ ਇੱਕ ਦੋ ਮੈਨੂੰ, ਮੈਂ ਆਡੀਸ਼ਨ ਦਿੱਤੇ ਵੀ ਨੇ, ਅਤੇ ਬਾਕੀ ਮਹਾਰਾਜ ਜਿੱਦਾਂ ਕਹਿ ਰਿਹਾ। ਚੰਨੀ ਵੀਰੇ, ਜਦੋਂ ਕਮੈਂਟਾਂ ਦੇ ਵਿੱਚ ਲੋਕ ਕਰਦੇ ਨੇ ਕਿ ਚੰਨੀ ਸਾਡਾ, ਚੰਨੀ ਬਾਈ ਅਸੀਂ ਤੇਰੇ ਨਾਲ ਆ, ਉਦੋਂ ਆ ਗਿਆ ਚੰਨੀ ਹੋਏ, ਮਤਲਬ ਅਸੀਂ ਕਮੈਂਟ ਪੜ੍ਹ ਰਹੇ ਸੀਗੇ ਤੁਹਾਡੇ, ਅਤੇ ਤੁਸੀਂ ਇੱਕ ਫਲੈਕਸ ਵਾਲੀ ਫੋਟੋ ਵੀ ਪਾਈ ਸੀ ਜਿਹਦੇ ਤੁਸੀਂ ਧੰਨਵਾਦ ਲਿਖਿਆ ਸੀ, ਹੈ ਨਾ? ਅਤੇ ਪਿੰਡ ਦਾ ਕੀ ਮਾਹੌਲ ਹੈ, ਯਾਰਾਂ ਦੋਸਤਾਂ ਦਾ ਕੀ ਮਾਹੌਲ ਹੈ ਹੁਣ ਤੁਹਾਨੂੰ ਦੇਖ ਕੇ? ਯਾਰਾਂ ਦੋਸਤਾਂ 'ਚ ਇੱਦਾਂ, ਮੈਂ ਸਾਡੇ ਪਿੰਡ ਦੇ ਵਿੱਚ ਕੋਈ ਅਕੋਰਡਿੰਗ ਟੂ ਮੀ ਕੋਈ ਐਕਟਰ ਨਹੀਂ ਸੀਗਾ ਸਾਡੇ ਪਿੰਡ ਦੇ ਵਿੱਚ, ਅਤੇ ਉਹ ਮਹਾਰਾਜ ਦੇ ਵੱਲੋਂ ਮੈਂ ਹੀ ਹੋਇਆ ਚੀਜ਼ ਦੇ ਵਿੱਚ, ਅਤੇ ਮੈਨੂੰ ਖੁਸ਼ੀ ਹੋ ਰਹੀ ਹੈ, ਸਾਡੇ ਪਿੰਡ ਵਾਲ ਨੂੰ ਬਹੁਤ ਮਾਣ ਹੋਊਗਾ ਉਸ ਚੀਜ਼ ਦੇ ਉੱਤੇ। ਕਈ ਲੋਕ ਹੁੰਦੇ ਨੇ ਜੋ ਸਾਨੂੰ ਐਪਰੀਸ਼ੀਏਟ ਕਰਦੇ ਨੇ, ਕੁਝ ਲੋਕ ਨੇ ਜੋ ਸਾਨੂੰ ਕਹਿੰਦੇ ਭੰਡਦੇ ਵੀ ਨੇ ਕਿ ਇਹ ਕਿਹੜੇ ਚੱਕਰਾਂ 'ਚ ਪੈ ਗਿਆ, ਆਹ ਕੀ ਕਰਨ ਲੱਗ ਗਿਆ। ਇੱਦਾਂ ਹੁੰਦਾ ਜੀ, ਉਹਦੇ ਨਾਲ ਬੰਦਾ ਹੋਰ ਅੱਗੇ ਵੱਧਦਾ ਜੀ, ਜੋ ਚੀਜ਼ ਲੱਤਾਂ ਖਿੱਚਦੇ ਨੇ ਜਾਂ ਇਹ ਚੀਜ਼ ਨੂੰ ਗਲਤ ਕਰਦੇ ਨੇ, ਉਹ ਇੰਨਾ ਬੰਦਾ ਹੋਰ ਉੱਤੇ ਨੂੰ ਜਾਂਦਾ ਵੀ, ਲੈਂਗ ਸੰਗ ਦੇ ਤੀਰੰਗ ਤਾਂ ਨੂੰ ਜਾਂਦਾ ਜੀ ਉਹ ਚੀਜ਼। ਮੈਨੂੰ ਇਹ ਲੱਗਦਾ ਕਿ ਉਹਨਾਂ ਲੋਕਾਂ ਦਾ ਤੁਹਾਡੀ ਜ਼ਿੰਦਗੀ 'ਚ ਬੜਾ ਅਹਿਮ ਰੋਲ ਆ। ਨਹੀਂ, ਰੋਲ ਹੈਗਾ ਵਾ ਜੀ, ਸਤਿਕਾਰਯੋਗ, ਮੈਂ ਤਾਂ ਰਿਸਪੈਕਟ ਵੀ ਕਰਦਾ ਉਹਨਾਂ ਦੀ। ਚਲੋ ਠੀਕ ਹੈ ਜੀ, ਜੋ ਵੀ ਹੈਗਾ ਠੀਕ ਹੈ ਜੀ। ਅਤੇ ਹੁਣ ਭਾਈ ਲਾਸਟ ਦੇ ਵਿੱਚ ਤੁਹਾਨੂੰ ਪਿਆਰ ਕਰਨ ਵਾਲਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਪਿਆਰ ਕਰਨ ਵਾਲੇ ਇਹੀ ਕਹੂੰਗਾ ਵੀ ਸੋਸ਼ਲ ਮੀਡੀਆ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ। ਮੈਂ ਤੁਹਾਡੇ ਮੂਹਰੇ ਹੀ ਹਾਂ ਉਹ ਚੀਜ਼, ਫੋਰ ਐਗਜ਼ਾਮਪਲ, ਅਤੇ ਤੁਸੀਂ ਵੀ ਜੇ ਕਿਸੇ ਮੁਕਾਮ ਦੇ ਵਿੱਚ ਉਹ ਚੀਜ਼ ਕਰਨਾ ਚਾਹੁੰਦੇ ਹੋ, ਉਹਨੂੰ ਲਗਨ ਨਾਲ ਕਰੋ, ਚੰਗੇ ਦਿਲ ਨਾਲ ਕਰੋ,
ਜੋ ਜ਼ਰੂਰ ਹਾਸਲ ਕਰੋਗੇ ਉਸ ਚੀਜ਼ ਜਿੰਨੀ ਬਈ ਸਾਡੇ ਸੁਪਨੇ ਬੜੇ ਵੱਡੇ ਹੁੰਦੇ ਨੇ ਪਰ ਜਦ ਹੁਣ ਤੁਸੀਂ ਆਪਣੇ ਸੁਪਨੇ ਪੂਰੇ ਹੁੰਦੇ ਦੇਖ ਰਹੇ ਹੋ ਕੀ ਮਹਿਸੂਸ ਹੋ ਰਿਹਾ ਲੱਗਦਾ ਕਿ ਯਾਰ ਕਿ ਹੁਣ ਹਨੇਰੀ ਠਾਲ ਦਾਂਗੇ ਨਹੀਂ ਉਹ ਅਕਾਲ ਪੁਰਖ ਦੀ ਮਰਜ਼ੀ ਹੈ ਜੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਰਾਮਦਾਸ ਜੀ ਮਰਜ਼ੀ ਹੈ ਜੀ ਉਹ ਚੀਜ਼ ਦੇ ਵਿੱਚ ਬਹੁਤ ਬਹੁਤ ਧੰਨਵਾਦ ਬਾਈ